ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਿੰਦਰ ਸਿੰਘ। ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਖਾਸ ਖਬਰਾਂ ਉੱਤੇ। ਦਿੱਲੀ ਚੋਣ ਦੰਗਲ ਵਿੱਚ ਪ੍ਰਚਾਰ ਲਈ ਉਤਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਿਰਨ ਬੇਦੀ ਦੇ ਹੱਕ 'ਚ ਰੈਲੀ, ਵਿਰੋਧੀਆਂ ਦੇ ਬਿਨੇ ਨਿਸ਼ਾਨੇ। ਦਿੱਲੀ ਵਿੱਚ 2/3 ਬਹੁਮਤ ਦੇ ਅੰਕੜੇ ਨਾਲ ਭਾਜਪਾ ਅਕਾਲੀ ਗੱਠਜੋੜ ਸਰਕਾਰ ਹੋਵੇਗੀ ਕਾਇਮ, ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਦਾਅਵਾ। ਹੁਸ਼ਿਆਰਪੁਰ ਅਧੀਨ ਪੈਂਦੇ ਦਰਿਆ ਬਿਆਸ ਨਜ਼ਦੀਕ ਇੱਕ ਕਾਰ 'ਚੋਂ ਮਿਲੀਆਂ 3 ਲਾਸ਼ਾਂ, ਤੀਰੇ ਕਤਲਕਾਂਡ ਦੀ ਗੁੱਥੀ ਸੁਲਝਾਉਣ ਵਿੱਚ ਲੱਗੀ ਪੁਲਿਸ। ਲੁਧਿਆਣਾ ਦੇ ਪੌਸ਼ ਇਲਾਕੇ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਚੱਲੇ ਤੇਜ਼ ਧਾਰ ਹਥਿਆਰ, 2 ਨੌਜਵਾਨ ਜ਼ਖਮੀ। ਅਤੇ ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਸ਼ੁਰੂ ਕੀਤੇ ਸੰਥਿਆ ਸਹਿਜ ਪਾਠ ਨੂੰ ਕੋਲਕਾਤਾ ਵਿਖੇ ਮਿਲ ਰਿਹਾ ਭਰਵਾਂ ਹੁੰਗਾਰਾ, ਸਿੱਖ ਜਗਤ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਸਮੂਹ ਸੰਗਤ ਵੱਲੋਂ ਭਰਪੂਰ ਸਰਾਹਨਾ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੀਜੇਪੀ ਨੇ ਆਪਣੀ ਕਮਰ ਕੱਸੀ ਹੋਈ ਹੈ। ਦਿੱਲੀ ਚੋਣ ਦੰਗਲ ਦਾ ਆਗਾਜ਼ ਹੋ ਚੁੱਕਿਆ ਤੇ ਭਾਜਪਾ ਦੇ ਵੱਲੋਂ ਕੱਲ੍ਹ ਕੜਕੜ ਡੂਮਾ ਵਿਖੇ ਚੋਣ ਰੈਲੀ ਕੀਤੀ ਗਈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਦਿੱਲੀ ਦੀਆਂ ਚੋਣਾਂ ਭਾਰਤ ਦੀ ਛਵੀ ਦੇ ਲਈ ਨੇ। ਉਹਨਾਂ ਕਿਹਾ ਕਿ ਭਾਜਪਾ ਦਿੱਲੀ ਦੇ ਵਿੱਚ ਸਾਫ਼ ਸੁਥਰਾ ਪ੍ਰਸ਼ਾਸਨ ਲਿਆਏਗੀ ਜੋ ਲੋਕਾਂ ਦੇ ਅਨੁਸਾਰ ਹੋਵੇਗਾ। ਇਸ ਮੌਕੇ ਉਹਨਾਂ ਕਿਰਨ ਬੇਦੀ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾਉਣ ਦੀ ਤਜਵੀਜ਼ ਤੇ ਮੋਹਰ ਲਗਾਉਂਦਿਆਂ ਕਿਹਾ ਕਿ ਕਿਰਨ ਬੇਦੀ ਦੇ ਵਿੱਚ ਦਿੱਲੀ ਦਾ ਪ੍ਰਸ਼ਾਸਨ ਚਲਾਉਣ ਦੀ ਸਮਰੱਥਾ ਹੈ। ਕਿਰਨ ਬੇਦੀ ਦਾ ਸਫਲ ਤਜਰਬਾ ਦਿੱਲੀ ਵਿੱਚ ਕੰਮ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹਨਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਦਿੱਲੀ ਦੀ ਜਨਤਾ ਭਾਜਪਾ ਨੂੰ ਪੂਰਨ ਬਹੁਮਤ ਦੇ ਨਾਲ ਜਿੱਤ ਦਵਾਏਗੀ। ਇਸ ਦੇ ਨਾਲ ਹੀ ਉਹਨਾਂ ਆਮ ਆਦਮੀ ਪਾਰਟੀ ਤੇ ਵੀ ਜੰਮ ਕੇ ਸ਼ਬਦੀ ਵਾਰ ਕੀਤੇ। ਰੈਲੀ ਦੇ ਦੌਰਾਨ ਸੈਂਕੜੇ ਲੋਕਾਂ ਦਾ ਹਜ਼ੂਮ ਵੇਖਣ ਨੂੰ ਮਿਲਿਆ। ਉਧਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ 2/3 ਬਹੁਮਤ ਦੇ ਅੰਕੜੇ ਦੇ ਨਾਲ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਸਰਕਾਰ ਕਾਇਮ ਹੋਣ ਦਾ ਦਾਅਵਾ ਕੀਤਾ। ਦਿੱਲੀ ਵਿਖੇ ਕਿਰਨ ਬੇਦੀ ਦੇ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਐਲਾਨਣ ਤੋਂ ਬਾਅਦ ਜੀਕੇ ਨੇ ਇਸ ਗੱਲ ਦਾ ਭਰੋਸਾ ਜਤਾਇਆ ਕਿ ਕਿਰਨ ਬੇਦੀ ਸਿੱਖ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ। ਅਤੇ ਇਸ ਦੇ ਨਾਲ ਹੀ ਉਹਨਾਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਦੱਸਿਆ ਕਿ ਦਿੱਲੀ ਵਾਸੀਆਂ ਨੂੰ ਮੁਫ਼ਤ ਪਾਣੀ ਅਤੇ ਵਾਈਫਾਈ ਦੇਣ ਦੇ ਵਾਅਦੇ ਨੂੰ ਵੀ ਝੂਠਾ ਕਰਾਰ ਦਿੱਤਾ ਉਹਨਾਂ। ਉਹਨਾਂ ਕਿਹਾ ਕਿ ਲੋਕ ਲੁਭਾਵਨ ਤਰੀਕੇ ਦੇ ਨਾਲ ਚੋਣਾਂ ਜਿੱਤਣ ਦੀ ਕੋਸ਼ਿਸ਼ ਉਹ ਪਾਰਟੀ ਕਰਦੀ ਹੈ ਜਿਸ ਨੂੰ ਆਪਣੀ ਹਾਰ ਦਾ ਖਦਸ਼ਾ ਹੋਵੇ। ਤੇ ਦਿੱਲੀ ਚੋਣ ਮੈਦਾਨ ਤੋਂ ਬਾਅਦ ਖਬਰਾਂ ਦਾ ਰੁਖ ਕਰ ਲੈਂਦੇ ਹਾਂ ਪੰਜਾਬ ਦੇ ਵੱਲ, ਜਿੱਥੇ ਜ਼ਿਲ੍ਹਾ ਹੁਸ਼ਿਆਰਪੁਰ ਅਧੀਨ ਪੈਂਦੇ ਦਰਿਆ ਬਿਆਸ ਦੇ ਨਜ਼ਦੀਕ ਰਹੱਸਮਈ ਹਾਲਤ ਦੇ ਵਿੱਚ ਇੱਕ ਕਾਰ ਬਰਾਮਦ ਹੋਈ ਹੈ ਜਿਸ ਵਿੱਚ 3 ਲਾਸ਼ਾਂ ਮਿਲੀਆਂ ਨੇ। ਇਹ ਲਾਸ਼ਾਂ ਇੱਕ ਆਦਮੀ ਅਤੇ 2 ਲੜਕੀਆਂ ਦੀਆਂ ਨੇ, ਜਿਸ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਭਰਿਆ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਦੇ ਮੁਤਾਬਕ ਪਿੰਡ ਸਿਕਰੀ ਦਾ ਕਮਲਜੀਤ ਸਿੰਘ ਆਪਣੀ ਕਾਰ ਵਿੱਚ ਆਪਣੀ ਧਰਮ ਦੀ ਭੈਣ ਦੀਆਂ 2 ਲੜਕੀਆਂ ਨੂੰ ਸ਼ੁੱਕਰਵਾਰ ਖਡੂਰ ਸਾਹਿਬ ਲਿਜਾ ਰਿਹਾ ਸੀ, ਪਰ ਬੀਤੇ ਦਿਨ ਤਿੰਨਾਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਬਰਾਮਦ ਹੋਈਆਂ। ਇਹਨਾਂ ਤਿੰਨਾਂ ਪੁੱਤਰ ਕਰਦੀ ਹੈ 11ਵੀਂ ਚ ਪੜ੍ਹਦੀ, ਕੱਲ ਸ਼ਾਮੀ ਗਏ ਸੀ। ਹਾਂਜੀ, ਕੱਲ ਸ਼ਾਮੀ ਗਏ ਸੀ 5 ਵਜੇ ਖਡੂਰ ਸਾਹਿਬ ਨੂੰ ਮੱਥਾ ਟੇਕ। ਇੱਕ ਦਿਨ ਘਰ 'ਚ 3 ਡੈਡ ਬਾਡੀ ਮਿਲੀ ਹੈਗੀਆਂ, ਬਾਅਦ 'ਚ ਸ਼ਨਾਖਤ ਹੋਈ ਹੈ। ਕਮਲਜੀਤ ਸਿੰਘ ਸਿਕਰੀ ਪਿੰਡ ਦੇ, ਜਿਹਦੀ ਉਮਰ ਕਰੀਬ 60 ਸਾਲ ਦੀ ਸੀ। 2 ਲੜਕੀਆਂ ਸੀਗੀਆਂ ਭਾਗੀਆਂ ਪਿੰਡ ਦੀਆਂ, ਦੀ ਉਮਰ 12 ਸਾਲ, ਇੱਕ ਦੀ ਉਮਰ 21 ਸਾਲ। ਇਹਨਾਂ ਦਾ ਉਹਨਾਂ ਦੇ ਘਰ ਆਉਣ ਜਾਣ ਸੀਗਾ। ਇਹ ਕੱਲ੍ਹ ਸ਼ਾਮ ਦੀਆਂ ਇਹਨਾਂ ਦੇ ਨਾਲ ਗਈਆਂ। ਇਹਨਾਂ ਨੇ ਜਖਮ ਮੁਤਾਬਕ ਜਾਣਾ ਸੀਗਾ ਖਡੂਰ ਸਾਹਿਬ। ਤਿੰਨਾਂ ਦਾ ਮਰਡਰ ਹੋਇਆ।
ਹੁਣ ਅੱਗੋਂ ਪਰਚਾ ਦਰਜ ਕਰਤਾ, ਅੱਗੋਂ ਤਫਤੀਸ਼ ਕਰਦੇ ਹਾਂ, ਜੋ ਵੀ ਗੱਲ ਸਾਹਮਣੇ ਆਏਗੀ ਉਹਦੇ ਮੁਤਾਬਕ ਅਸੀਂ ਕਾਰਵਾਈ ਕੀਤੀ ਜਾਏ। ਤੇ ਪੰਜਾਬ ਵਿੱਚ ਵੱਧਦੀ ਗੁੰਡਾਗਰਦੀ ਦੀ ਤਾਜ਼ਾ ਮਿਸਾਲ ਲੁਧਿਆਣਾ ਦੇ ਪਾਸ਼ ਇਲਾਕੇ ਮਾਡਲ ਟਾਊਨ ਐਕਸਟੈਂਸ਼ਨ ਤੋਂ ਸਾਹਮਣੇ ਆਈ ਹੈ, ਜਿੱਥੇ ਕੁਝ ਨੌਜਵਾਨਾਂ ਨੇ ਦੋ ਨੌਜਵਾਨਾਂ ਨੂੰ ਘੇਰ ਕੇ ਬੁਰੀ ਤਰ੍ਹਾਂ ਉਹਨਾਂ ਦੀ ਕੁੱਟਮਾਰ ਕੀਤੀ ਅਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਨੌਜਵਾਨਾਂ ਨੂੰ ਜ਼ਖਮੀ ਕਰ ਦਿੱਤਾ। ਜ਼ਿਕਰੇ ਖਾਸ ਹੈ ਕਿ ਜਿੱਥੇ ਘਟਨਾ ਵਾਪਰੀ ਉਸ ਦੇ ਬਿਲਕੁਲ ਨਜ਼ਦੀਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਰਿਹਾਇਸ਼ ਹੈ, ਜਿੱਥੇ ਹਰ ਵੇਲੇ ਪੁਲਿਸ ਤਾਇਨਾਤ ਰਹਿੰਦੀ ਹੈ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਨਜ਼ਦੀਕ ਹੀ ਗੁੰਡਾਗਰਦੀ ਦਾ ਨੰਗਾ ਨਾਚ ਹੋਣਾ ਅਤੇ ਖੁੱਲ੍ਹੇਆਮ ਹਥਿਆਰਾਂ ਦੀ ਨੁਮਾਇਸ਼ ਕਰਨਾ ਮਹਾਨਗਰ ਦੇ ਵਾਸੀਆਂ ਦੇ ਲਈ ਚਿੰਤਾ ਦਾ ਵਿਸ਼ਾ। ਉਧਰ ਗੁੰਡਾਗਰਦੀ ਦੇ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸਾਨੂੰ ਪਤਾ ਵੀ ਨਹੀਂ ਲੱਗਿਆ, ਅਸੀਂ ਲੰਘਦੇ ਪਏ ਸੀ, ਉਹਨਾਂ ਨੇ ਪਿੱਛੋਂ ਆਉਂਦੇ ਮੇਰੀ ਬਾਂਹ 'ਤੇ ਮਾਰਿਆ ਅਤੇ ਉਹ ਇੱਕ ਮਗਰਲਾ ਮੁੰਡਾ ਉਤਰਿਆ ਅਤੇ ਉਹਦੇ ਇੱਕ ਇੱਥੇ ਮਾਰਿਆ ਅਤੇ ਇੱਕ ਬਾਂਹ 'ਤੇ ਮਾਰਿਆ, ਨਾਲ ਹੀ ਉਹ ਭੱਜਣ ਲੱਗ ਗਏ। ਅਸੀਂ ਵੀ ਭੱਜੇ ਥੋੜ੍ਹਾ ਜਿਹਾ, ਮੈਂ ਤਾਂ ਭੱਜਿਆ ਨਹੀਂ ਗਿਆ ਅਤੇ ਮੈਂ ਡਿੱਗ ਪਿਆ ਅਤੇ ਜਾਨੂੰ ਉਹ ਭੱਜ ਪੁੱਜ ਕੇ ਸਾਨੂੰ ਪਤਾ ਨਹੀਂ ਲੱਗਿਆ ਭਾਅ ਜੀ। ਉਹ ਕੌਣ ਸੀਗੇ ਜੀ? ਅਸੀਂ ਜਾਣਦੇ ਨਹੀਂ ਭਾਅ ਜੀ ਉਹਨਾਂ ਨੂੰ। ਤੁਹਾਡਾ ਨਾਮ? ਦੇ ਮੁੰਡੇ ਆ, ਨਾਮ ਨੂੰ ਸੁਣਿਆ ਆ ਪਿੱਛੇ ਜੇ, ਪਹਿਲਾਂ ਅੱਜ ਤੋਂ 2 ਕੁ ਮਹੀਨੇ ਪਹਿਲਾਂ ਮਾੜੀ ਮੋਟੀ ਲੜਾਈ ਜੀ ਹੋਈ ਸੀਗੀ। ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਜਥੇਦਾਰ ਅਮਰਜੀਤ ਸਿੰਘ ਭਾਟੀਆ ਨੂੰ ਬ੍ਰੇਨ ਹੈਮਰੇਜ ਦਾ ਅਚਾਨਕ ਦੌਰਾ ਪੈਣ ਦੇ ਕਾਰਨ ਉਹਨਾਂ ਨੂੰ ਤੁਰੰਤ DMC ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ। ਉਹਨਾਂ ਦੀ ਅਚਾਨਕ ਸਿਹਤ ਖਰਾਬ ਹੋਣ ਦੀ ਖਬਰ ਸੁਣਦਿਆਂ ਹੀ ਸਿੱਖ ਜਥੇਬੰਦੀਆਂ ਉਹਨਾਂ ਦੇ ਕੋਲ ਪਹੁੰਚ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਭਾਟੀਆ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਗਈ ਹੈ। ਤਬੀਅਤ ਖਰਾਬ ਹੋ ਗਈ, ਅਸੀਂ ਉੱਥੇ ਡਾਕਟਰ ਨੂੰ ਬੁਲਾਇਆ ਮੁਹੱਲੇ 'ਚੋਂ ਅਤੇ ਉਹਨਾਂ ਨੇ ਸ਼ੂਗਰ ਚੈੱਕ ਕੀਤੀ, ਸ਼ੂਗਰ ਠੀਕ ਸੀ, ਹਾਰ ਅਤੇ ਪ੍ਰੈਸ਼ਰ ਇੱਕਦਮ ਵੱਧ ਗਿਆ ਅਤੇ ਫਿਰ ਉਹਨਾਂ ਨੂੰ ਉਲਟੀਆਂ ਇੱਕਦਮ ਲੱਗ ਗਈਆਂ ਅਤੇ ਉਹ ਡਾਕਟਰ ਨੇ ਕਿਹਾ ਵੀ ਤੁਸੀਂ ਆਪਣਾ ਲੈ ਜਾਓ ਵੱਡੇ ਹੋਸਪਿਟਲ। ਅਸੀਂ RG ਤੋਂ ਉਹਦੇ ਲੈ ਗਏ, ਉਹਨਾਂ ਨੇ ਵੀ ਜਵਾਬ ਦੇ ਦਿੱਤਾ, ਉਹ ਕਹਿੰਦੇ ਵੀ ਪੋਲੋ 'ਚ ਲੈ ਜਾਓ ਜਾਂ DMC 'ਚ ਲੈ ਜਾਓ। ਅਸੀਂ ਫਿਰ ਇੱਕਦਮ DMC 'ਚ ਲੈ ਕੇ ਆ ਗਏ ਅਤੇ ਉਹ ਪਤਾ ਲੱਗਾ, ਡਾਕਟਰਾਂ ਨੇ ਚੈੱਕ ਕੀਤਾ ਅਤੇ ਬ੍ਰੇਨ ਹੈਮਰੇਜ ਹੋ ਗਿਆ ਅਤੇ ਮਾੜੀ ਜੀ ਪੈਰਾਲਾਈਜ਼ ਜਿਹਾ ਵੀ ਹੋ ਗਿਆ ਹਲਕਾ ਜਿਹਾ ਅਤੇ ਅਟੈਕ ਮਾਮੂਲੀ ਜਿਹਾ ਹੋਇਆ, ਬਚਾਅ ਹੋ। ਚੜ੍ਹਦੀਕਲਾ ਟਾਈਮ TV ਵੱਲੋਂ ਸ਼ੁਰੂ ਕੀਤੇ ਗਏ ਗੁਰਬਾਣੀ ਸੰਥਿਆ ਸਹਿਜ ਪਾਠ, ਜਿਸ ਨੂੰ ਵੱਖ ਵੱਖ ਥਾਵਾਂ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ। ਇਸੇ ਤਰ੍ਹਾਂ ਸਰਦਾਰ ਮਨਜੀਤ ਸਿੰਘ ਕਲਕੱਤਾ ਵਾਲਿਆਂ ਦੀ ਪ੍ਰੇਰਨਾ ਦੇ ਸਦਕਾ ਕਲਕੱਤਾ ਦੀ ਸਮੂਹ ਸੰਗਤ ਵੱਲੋਂ ਚੜ੍ਹਦੀਕਲਾ ਗਰੁੱਪ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦੱਦੀ ਅਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੂੰ ਵਿਸ਼ੇਸ਼ ਤੌਰ 'ਤੇ ਕਲਕੱਤੇ ਆਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ 'ਤੇ ਮਨਜੀਤ ਸਿੰਘ ਕਲਕੱਤਾ ਅਤੇ ਉੱਥੋਂ ਦੀ ਸੰਗਤ ਦੇ ਵੱਲੋਂ ਜਗਜੀਤ ਸਿੰਘ ਦਰਦੀ ਅਤੇ ਗਿਆਨੀ ਜਗਤਾਰ ਸਿੰਘ ਜਾਚਕ ਜੀ ਦਾ ਕਲਕੱਤਾ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਹੋਣ ਵਾਲੇ ਪ੍ਰੋਗਰਾਮਾਂ ਦੇ ਸੰਬੰਧੀ ਇੱਕ ਮੀਟਿੰਗ ਵੀ ਕੀਤੀ ਗਈ। ਇਸ ਉਪਰੰਤ ਸਰਦਾਰ ਤੇਜਿੰਦਰ ਸਿੰਘ ਮਵਾਲੀਆ ਜੀ ਨੇ ਵੱਖ ਵੱਖ ਗੁਰਦੁਆਰਿਆਂ ਦੇ ਇਤਿਹਾਸ ਨੂੰ ਚੜ੍ਹਦੀਕਲਾ ਟਾਈਮ TV 'ਤੇ ਪ੍ਰਸਾਰਣ ਕਰਨ ਦੀ ਗੱਲ ਆਖੀ। ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਉਸ ਦੇ ਸੰਬੰਧ ਵਿੱਚ ਕਲਕੱਤੇ ਦੀ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਸਰਦਾਰ ਜਗਜੀਤ ਸਿੰਘ ਜੀ ਦਰਦੀ, ਚੇਅਰਮੈਨ ਚੜ੍ਹਦੀ ਕਲਾ ਗਰੁੱਪ, ਅਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜਾਚਕ, ਉਹ ਸਾਡੀ ਬੇਨਤੀ ਪ੍ਰਵਾਨ ਕਰਕੇ ਕਲਕੱਤੇ ਪਹੁੰਚੇ ਨੇ। ਉਹਨਾਂ ਨੂੰ ਸਾਰੀ ਕਲਕੱਤੇ ਦੀ ਸੰਗਤ ਵੱਲੋਂ, ਗੁਰਦੁਆਰਾ ਕਮੇਟੀਆਂ ਵੱਲੋਂ ਅਤੇ ਗੁਰਦੁਆਰਾ ਬੜਾ ਸਿੱਖ ਸੰਗਤ ਦੀ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਮੈਂ ਜੀ ਆਇਆਂ ਆਖਦਾ ਹਾਂ। ਅਤੇ ਕਲਕੱਤਾ ਵਿਖੇ ਹੋਈ ਮੀਟਿੰਗ ਦੇ ਵਿੱਚ ਚੜ੍ਹਦੀਕਲਾ ਟਾਈਮ TV ਵੱਲੋਂ ਸਿੱਖੀ ਜਗਤ ਦੇ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਸਮੂਹ ਸਾਧ ਸੰਗਤ ਵੱਲੋਂ ਸਰਾਹਨਾ ਕੀਤੀ ਗਈ ਹੈ ਅਤੇ ਸਿੱਖ ਜਗਤ ਨੂੰ ਹੋਰ ਪ੍ਰਫੁੱਲਤ ਕਰਨ ਦੇ ਲਈ ਕਈ ਵਿਚਾਰ ਵਟਾਂਦਰੇ ਵੀ ਕੀਤੇ ਗਏ।
ਇਸ ਮੌਕੇ ਸਰਦਾਰ ਜਗਜੀਤ ਸਿੰਘ ਚੇਅਰਮੈਨ ਡਾਊਨ ਟਾਊਨ ਗਰੁੱਪ ਆਫ ਕੰਪਨੀਜ਼, ਸਰਦਾਰ ਮਨਜੀਤ ਸਿੰਘ ਕਲਕੱਤਾ, ਸਰਦਾਰ ਤੇਜਿੰਦਰ ਸਿੰਘ ਵਾਲੀਆ, ਸਰਦਾਰ ਜਗਜੀਤ ਸਿੰਘ ਦਰਦੀ ਚੇਅਰਮੈਨ ਚੜ੍ਹਦੀ ਕਲਾ ਟਾਈਮ ਟੀਵੀ, ਸਾਹਿਬ ਸਿੰਘ ਗਿਆਨੀ ਜਗਤਾਰ ਸਿੰਘ ਜਾਚਕ, ਸਰਦਾਰ ਸਤਨਾਮ ਸਿੰਘ ਜੀ ਕਲਕੱਤਾ, ਖਾਲਸਾ ਇੰਗਲਿਸ਼ ਹਾਈ ਸਕੂਲ ਕਲਕੱਤਾ ਦੇ ਪ੍ਰਧਾਨ ਸੋਹਨ ਸਿੰਘ ਅਤਿਆਣਾ ਅਤੇ ਹੋਰ ਸਿੱਖ ਜਗਤ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ਸਾਹਿਬ ਜੀ ਮਹਾਰਾਜ ਦਾ ਅੰਮ੍ਰਿਤ ਪਚਨ ਵੀ ਹੈ ਕਿ ਇੱਥੇ ਸਟੇਜ ਤੇ ਆ ਕੇ ਕਰ ਗਏ ਹੈ, ਸੱਚੇ ਪਾਤਸ਼ਾਹ ਦੀ ਮਿਹਰ ਹੋਈ ਹੈ। ਇਸ ਸਮੇਂ ਮੈਂ ਕਲਕੱਤਾ ਦੇ ਖਾਲਸਾ ਇੰਗਲਿਸ਼ ਹਾਈ ਸਕੂਲ ਦੇ ਵਿੱਚ ਖੜ੍ਹਾ ਹਾਂ। ਕਲਕੱਤੇ ਦੀ ਸਿੱਖ ਸੰਗਤ ਦੇ ਵੱਲੋਂ ਜਿੱਥੇ 1 ਜਨਵਰੀ 2015 ਨੂੰ ਸ਼ੁਰੂ ਹੋਏ ਗੁਰਬਾਣੀ ਸੰਥਿਆ ਸਾਹਿਬ ਪਾਠ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਜੀ ਅਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਅਤੇ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈਗਾ ਕੱਲ੍ਹ ਨੂੰ। ਅਤੇ ਅੱਜ ਮੀਟਿੰਗ ਹੋਈ ਹੈਗੀ ਆ ਅਤੇ ਕਲਕੱਤੇ ਦੀ ਸਿੱਖ ਸੰਗਤ ਦੇ ਵੱਲੋਂ ਭਰਪੂਰ ਉਤਸ਼ਾਹ ਦਿਖਾਇਆ ਜਾ ਰਿਹਾ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿੱਥੇ ਇਹ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਵੱਲੋਂ, ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਵਾਲਾ ਕਾਫੀ ਭਰਪੂਰ ਸ਼ਲਾਘਾ ਕੀਤੀ ਗਈ ਹੈ। ਅਤੇ ਉੱਥੇ ਨਾਲ ਹੀ ਕਲਕੱਤੇ ਦੀ ਸੰਗਤ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਜਲਦ ਹੀ ਸਿੱਖ ਜਗਤ ਨੂੰ 1 ਜਾਂ 2 ਹੋਰ ਨਵੇਂ ਪ੍ਰੋਗਰਾਮ ਚੜ੍ਹਦੀ ਕਲਾ ਦੇ ਦਰਸ਼ਕਾਂ ਲਈ ਦਿੱਤੇ ਜਾਣਗੇ। ਕਲਕੱਤਾ ਤੋਂ ਜਗਦੀਪ ਸਿੰਘ ਥਲੀ, ਚੜ੍ਹਦੀ ਕਲਾ ਟਾਈਮ ਟੀ ਵੀ। ਅਤੇ ਬੀਤੇ ਦਿਨ ਚੜ੍ਹਦੀ ਕਲਾ ਟਾਈਮ ਟੀ ਵੀ 'ਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗ੍ਰੇਟਰ ਕੈਲਾਸ਼ ਪਾਰਟ 2 ਤੋਂ 4th ਅਰਥਾਂ ਸਹਿਤ ਗੁਰਬਾਣੀ ਕੰਠ ਪ੍ਰਤੀਯੋਗਤਾ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਆਯੋਜਿਤ ਸਮਾਗਮ ਦੇ ਦੌਰਾਨ ਪ੍ਰਤੀਯੋਗਤਾ ਦੇ ਵਿੱਚ ਜੇਤੂ ਰਹੇ ਬੱਚਿਆਂ ਨੂੰ, ਜਿਨ੍ਹਾਂ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਗੁਰਬਾਣੀ ਕੰਠ ਪ੍ਰਤੀਯੋਗਤਾ ਦੇ ਵਿੱਚ ਜਿੱਤ ਦਰਜ ਕੀਤੀ ਹੈ, ਉਹਨਾਂ ਬੱਚਿਆਂ ਨੂੰ ਆਈਆਂ ਹੋਈਆਂ ਨਾਮਵਰ ਸ਼ਖਸੀਅਤਾਂ ਵੱਲੋਂ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ, ਸਰਦਾਰ ਤਰਲੋਚਨ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ ਪਰਮਜੀਤ ਸਿੰਘ ਰਾਣਾ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ। ਸਾਰੇ ਆਰਗੇਨਾਈਜ਼ਰਸ ਨੂੰ, ਇਸ ਬੱਚੇ ਨੇ ਗਿਟਾਰ ਦੇ ਨਾਲ ਕੀਰਤਨ ਕਰਦਾ ਹੈ, ਸਮਾਂ ਬੜਾ ਘੱਟ ਸੀ ਕਿ ਮੈਂ ਇਸ ਬੱਚੇ ਕੋਲ ਗਿਟਾਰ ਤੱਕ ਕਰਨ ਬੋਲੇ ਸੋਨੇਹਾ। ਵਧਾਈ ਦੇਣਾ ਚਾਹੁੰਦਾ ਵਾਂ ਸਾਰੇ ਆਰਗੇਨਾਈਜ਼ਰਸ ਨੂੰ, GK2 ਦੇ ਸਮੂਹ ਕਮੇਟੀ ਨੂੰ, ਪ੍ਰਧਾਨ ਸਾਹਿਬ, ਸਕੱਤਰ ਸਾਹਿਬ, ਮੈਂਬਰ ਸਾਹਿਬਾਨ ਔਰ ਹੋਰ ਸੰਸਥਾਵਾਂ ਜਿਹੜੀਆਂ ਇਹਨਾਂ ਨਾਲ ਜੁੜੀਆਂ ਨੇ, ਔਰ ਉਹਨਾਂ ਦਾ ਵੀ ਖਾਸ ਤੌਰ 'ਤੇ ਜਿਨ੍ਹਾਂ ਨੇ ਇਹਨਾਂ ਬੱਚਿਆਂ ਦਾ ਹੌਸਲਾ ਵਧਾਉਣ ਲਈ ਐਸੇ ਇਨਾਮ ਦਿੱਤੇ ਨੇ ਕਿ ਮੇਰਾ ਖਿਆਲ ਹੈ ਕਿ ਅਗਲੀ ਵਾਰੀ ਸ਼ਾਇਦ ਇੰਨੀ ਗਿਣਤੀ ਹੋਏਗੀ ਕਿ ਇਹਨਾਂ ਨੂੰ ਹਫ਼ਤਾ ਇਹ ਪ੍ਰੋਗਰਾਮ ਚਲਾਉਣਾ ਪਏਗਾ। ਦਿੱਲੀ ਗੁਰਦੁਆਰਾ ਕਮੇਟੀ ਜਿੱਥੇ ਵਚਨਬੱਧ ਹੈ ਧਰਮ ਪ੍ਰਚਾਰ ਵਾਸਤੇ, ਹਰੇਕ ਐਸੇ ਉੱਦਮ ਨੂੰ ਸਪੋਰਟ ਕਰਦੀ ਹੈ, ਔਰ ਅਸੀਂ ਦਿੱਲੀ ਦੀ ਸਟੇਜਾਂ ਤੋਂ ਜੋ ਵਾਅਦੇ ਕੀਤੇ ਸੀਗੇ, ਜੋ ਵਾਅਦੇ ਸਰ ਬਾਦਲ ਸਾਹਿਬ ਕਰਕੇ ਗਏ ਸੀ ਦਿੱਲੀ ਦੀ ਸੰਗਤ ਨਾਲ, ਗੁਰੂ ਦੀ ਬਖਸ਼ਿਸ਼ ਨਾਲ, ਭਾਵੇਂ ਉਹ ਧਰਮ ਪ੍ਰਚਾਰ ਦੇ ਖੇਤਰ 'ਚ ਹੋਣ ਕਿ ਸਾਰੇ ਗੁਰੂਆਂ ਦੇ ਦਿਨ ਮਨਾਉਣੇ ਹੋਣ, ਸਾਰੇ ਭਗਤਾਂ ਦੀ, ਬੀਬੀਆਂ ਦੇ, ਔਰ ਸਰ ਤਰਿੰਦਰ ਸਿੰਘ ਜੀ ਜੋ ਸਾਡੇ ਨਾਲ ਉੱਥੇ ਕਾਫੀ ਸੇਵਾ ਨਿਭਾਉਂਦੇ ਨੇ, ਸਰ ਪਰਮਜੀਤ ਸਿੰਘ ਰਾਣਾ ਹੋਰਾਂ ਨਾਲ ਮਿਲ ਕੇ, ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਵੇਖੋਗੇ
ਕਿ ਇਹਨਾਂ ਸਟੇਜਾਂ ਤੋਂ ਜੋ ਗੁਰਦੁਆਰਾ ਕਮੇਟੀ ਦੀਆਂ ਨੇ, ਜੋ ਸੰਗਤ ਦੀਆਂ ਸਟੇਜਾਂ ਨੇ, ਇਹਨਾਂ ਤੋਂ ਸਿਰਫ ਗੁਰੂ ਸ਼ਬਦ ਦੀ ਗੱਲ ਹੋਏਗੀ। ਤੇ ਬੁਲੇਟਿਨ ਦੇ ਅਖੀਰ ਵਿੱਚ ਇੱਕ ਵਾਰ ਫਿਰ ਤੋਂ ਨਜ਼ਰ ਪਾਵਾਂਗੇ ਹੁਣ ਤੱਕ ਦੀਆਂ ਸੁਰਖੀਆਂ ਉੱਤੇ। ਦਿੱਲੀ ਚੋਣ ਦੰਗਲ ਵਿੱਚ ਪ੍ਰਚਾਰ ਲਈ ਉਤਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਿਰਨ ਬੇਦੀ ਦੇ ਹੱਕ 'ਚ ਰੈਲੀ, ਵਿਰੋਧੀਆਂ 'ਤੇ ਬਿੰਨੇ ਨਿਸ਼ਾਨੇ। ਦਿੱਲੀ 'ਚ ਦੋ ਤਿਹਾਈ ਬਹੁਮਤ ਦੇ ਅੰਕੜੇ ਨਾਲ ਭਾਜਪਾ ਅਕਾਲੀ ਗੱਠਜੋੜ ਸਰਕਾਰ ਹੋਵੇਗੀ ਕਾਇਮ, ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦਾ ਦਾਅਵਾ। ਹੁਸ਼ਿਆਰਪੁਰ ਅਧੀਨ ਪੈਂਦੇ ਦਰਿਆ ਬਿਆਸ ਦੇ ਨਜ਼ਦੀਕ ਇੱਕ ਕਾਰ 'ਚੋਂ ਮਿਲੀਆਂ ਤਿੰਨ ਲਾਸ਼ਾਂ, ਤੀਰੇ ਕਤਲਕਾਂਡ ਦੀ ਗੁੱਥੀ ਸੁਲਝਾਉਣ ਵਿੱਚ ਲੱਗੀ ਪੁਲਿਸ। ਲੁਧਿਆਣਾ ਦੇ ਪਾਸ਼ ਇਲਾਕੇ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ, ਸ਼ਰੇਆਮ ਚੱਲੇ ਤੇਜ਼ ਧਾਰ ਹਥਿਆਰ, ਦੋ ਨੌਜਵਾਨ ਜ਼ਖਮੀ। ਅਤੇ ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਸ਼ੁਰੂ ਕੀਤੇ ਸੰਥਿਆ ਸਹਿਜ ਪਾਠ ਨੂੰ ਕਲਕੱਤਾ ਵਿਖੇ ਮਿਲ ਰਿਹਾ ਭਰਵਾਂ ਹੁੰਗਾਰਾ, ਸਿੱਖ ਜਗਤ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਸਮੂਹ ਸੰਗਤ ਵੱਲੋਂ ਭਰਪੂਰ ਸਰਾਹਨਾ। ਸੋ ਇਹ ਤਾਂ ਸਨ ਹੁਣ ਤੱਕ ਦੀਆਂ ਖਬਰਾਂ, ਕੁਝ ਹੋਰ ਖਬਰਾਂ ਲੈ ਕੇ ਮੈਂ ਸੁਖਵਿੰਦਰ ਸਿੰਘ ਜਲ ਤੁਹਾਡੇ ਰੂਬਰੂ ਹੋਵਾਂਗਾ, ਤਦ ਤੱਕ ਲਈ ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ।